ਦੇਸ਼ ਨੂੰ 23 ਡਾਕ ਸਰਕਲਾਂ ਵਿੱਚ ਵੰਡਿਆ ਗਿਆ ਹੈ। ਹਰੇਕ ਸਰਕਲ ਦੀ ਅਗਵਾਈ ਇੱਕ ਮੁੱਖ ਪੋਸਟ ਮਾਸਟਰ ਜਨਰਲ ਕਰਦਾ ਹੈ। ਡੰਡੀ ਹਰੇਕ ਸਰਕਲ ਨੂੰ ਖੇਤਰਾਂ ਵਿੱਚ ਵੰਡਿਆ ਜਾਂਦਾ ਹੈ, ਜਿਸ ਦੀ ਅਗਵਾਈ ਇੱਕ ਪੋਸਟ ਮਾਸਟਰ ਜਨਰਲ ਕਰਦਾ ਹੈ ਅਤੇ ਇਸ ਵਿੱਚ ਫੀਲਡ ਯੂਨਿਟਾਂ ਸ਼ਾਮਲ ਹੁੰਦੀਆਂ ਹਨ, ਜਿਨ੍ਹਾਂ ਨੂੰ ਡਿਵੀਜ਼ਨਾਂ ਵਜੋਂ ਜਾਣਿਆ ਜਾਂਦਾ ਹੈ। ਟੰਡੀ ਇਹਨਾਂ ਡਿਵੀਜ਼ਨਾਂ ਨੂੰ ਅੱਗੇ ਸਬ ਡਿਵੀਜ਼ਨਾਂ ਵਿੱਚ ਵੰਡਿਆ ਗਿਆ ਹੈ। ਡੰਡੀ 23 ਸਰਕਲਾਂ ਤੋਂ ਇਲਾਵਾ ਭਾਰਤ ਦੇ ਆਰਮਡ ਫੋਰਸਿਸ ਫੋਰਸ ਨੂੰ ਇੱਕ ਡਾਇਰੈਕਟਰ ਜਨਰਲ ਦੀ ਅਗਵਾਈ ਵਿੱਚ ਡਾਕ ਸੇਵਾਵਾਂ ਪ੍ਰਦਾਨ ਕਰਨ ਲਈ ਇੱਕ ਆਧਾਰ ਸਰਕਲ ਹੈ। ਡੰਡੀ ਪੈਰਾ ਕਦੇ ਸਿਰਫ ਚਿੱਠੀਆਂ ਹੀ ਇੱਕ ਦੂਜੇ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰਨ ਦਾ ਜ਼ਰੀਆ ਹੋਇਆ ਕਰਦੀਆਂ ਸਨ। ਡੰਡੀ ਇੱਕ ਦੂਜੇ ਦੀ ਸੁੱਖ ਸਾਂਝ ਦੀ ਜਾਣਕਾਰੀ ਚਿੱਠੀਆਂ ਰਾਹੀਂ ਹੀ ਮਿਲਦੀ ਸੀ। ਡੰਡੀ ਚਿੱਠੀਆਂ ਹੀ ਸੰਚਾਰ ਦਾ ਮਹੱਤਵਪੂਰਨ ਸਾਧਨ ਸਨ। ਡੰਡੀ ਦੂਰ ਦੁਰਾਡੇ ਰਹਿੰਦੇ ਲੋਕ ਆਪਣੇ ਸੱਜਣ ਪਿਆਰਿਆਂ ਦੇ ਖਤਾਂ ਦਾ ਬੇਸਬਰੀ ਨਾਲ ਉਡੀਕ ਕਰਦੇ ਸਨ। ਡੰਡੀ ਇਸ ਕਾਰਜ ਵਿੱਚ ਡਾਕ ਵਿਭਾਗ ਦੀ ਭੂਮਿਕਾ ਬਹੁਤ ਅਹਿਮ ਰਹੀ ਹੈ। ਡੰਡੀ ਅਜੋਕੇ ਦੌਰ ਵਿੱਚ ਜਦੋਂ ਸੰਚਾਰ ਦੇ ਸਾਧਨਾਂ ਵਿੱਚ ਭਾਰੀ ਵਾਧਾ ਹੋਇਆ ਹੈ, ਸੁਨੇਹੇ ਭੇਜਣ ਦੇ ਨਵੇਂ ਢੰਗ ਤਰੀਕੇ ਹੋਂਦ ਵਿੱਚ ਆ ਗਏ ਹਨ। ਡੰਡੀ ਵਿਗਿਆਨ ਦੇ ਯੁੱਗ ਵਿੱਚ ਟੈਲੀਫੋਨ ਮਗਰੋਂ ਮੋਬਾਈਲ ਫੋਨ ਅਤੇ ਹੁਣ ਸਮਾਰਟਫੋਨ ਜ਼ਰੀਏ ਸੋਸ਼ਲ ਮੀਡੀਆ ਇਸ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਡੰਡੀ ਬ੍ਰੇਕ। ਹਾਂਜੀ, ਰੈਡੀ ਸਟਾਰਟ। ਪੁਰਾਣੇ ਸੰਚਾਰ ਸਾਧਨਾਂ ਰਾਹੀਂ ਜਿੱਥੇ ਦਿਨਾਂ ਜਾਂ ਮਹੀਨਿਆਂ ਵਿੱਚ ਸੁਨੇਹਾ ਇੱਕ ਤੋਂ ਦੂਜੀ ਥਾਂ ਉੱਤੇ ਪਹੁੰਚਦਾ ਸੀ, ਉਹ ਕੰਮ ਹੁਣ ਈਮੇਲ ਜਾਂ ਵਟਸਐਪ ਵਰਗੇ ਸਾਧਨਾਂ ਰਾਹੀਂ ਦੁਨੀਆ ਵਿੱਚ ਕਿਤੇ ਵੀ ਇੱਕ ਕਲਿੱਕ ਨਾਲ ਪਹੁੰਚ ਜਾਂਦਾ ਹੈ ਅਤੇ ਇਸ ਦੀ ਵਰਤੋਂ ਨੌਜਵਾਨ ਪੀੜ੍ਹੀ ਜ਼ੋਰਾਂ ਨਾਲ ਕਰ ਰਹੀ ਹੈ। ਡੰਡੀ ਸੰਚਾਰ ਸਾਧਨਾਂ ਦੀ ਬਹੁਤਾਤ ਨੇ ਭਾਵੇਂ ਚਿੱਠੀ ਪੱਤਰ ਲਿਖਣ ਦੇ ਰੁਝਾਨ ਨੂੰ ਸੱਟ ਮਾਰੀ ਹੈ, ਪਰ ਚਿੱਠੀ ਦੀ ਭਰੋਸੇਯੋਗਤਾ ਪਹਿਲਾਂ ਵਾਂਗ ਕਾਇਮ ਹੈ। ਡੰਡੀ ਪੰਜਾਬੀ ਗੀਤਾਂ ਵਿੱਚ ਚਿੱਠੀ ਨੂੰ ਬਹੁਤ ਮਾਨਤਾ ਦਿੱਤੀ ਗਈ ਹੈ। ਡੰਡੀ ਕਬੂਤਰ ਆਪਣੇ ਭੋਲੇ ਭਾਲੇ ਸੁਭਾਅ ਕਾਰਨ ਲੋਕ ਮਨਾਂ ਵਿੱਚ ਵੱਸਦਾ ਹੈ। ਡੰਡੀ ਪੁਰਾਤਨ ਸਮਿਆਂ ਵਿੱਚ ਜਦੋਂ ਸੰਚਾਰ ਦੇ ਸਾਧਨ ਇੰਨੇ ਵਿਕਸਿਤ ਨਹੀਂ ਹੋਏ ਸਨ, ਉਦੋਂ ਕਾਵਾਂ ਕਬੂਤਰਾਂ ਰਾਹੀਂ ਚਿੱਠੀਆਂ ਭੇਜੀਆਂ ਜਾਂਦੀਆਂ ਸਨ। ਡੰਡੀ ਰਾਜਾ ਸ਼ਾਹੀ ਵੇਲੇ ਪੈਦਲ ਜਾਂ ਘੋੜ ਸਵਾਰ ਰਾਹੀਂ ਡਾਕ ਭੇਜੀ
ਜਾਂਦੀ ਸੀ ਡੰਡੀ, ਫਿਰ ਕਬੂਤਰਾਂ ਰਾਹੀਂ ਚਿੱਠੀਆਂ ਭੇਜੀਆਂ ਜਾਣ ਲੱਗੀਆਂ। ਡੰਡੀ ਵਿਸ਼ਵ ਪ੍ਰਸਿੱਧ ਖਬਰ ਏਜੰਸੀ ਰਾਈਟਰ ਵੱਲੋਂ ਵੀ ਖਬਰਾਂ ਅਤੇ ਸੁਨੇਹੇ ਭੇਜਣ ਦਾ ਕੰਮ ਕਬੂਤਰਾਂ ਤੋਂ ਲਿਆ ਜਾਂਦਾ ਰਿਹਾ ਹੈ। ਡੰਡੀ ਥੋਮਸਨ ਰਾਈਟਰਸ ਦੀ ਮਾਲਕੀ ਵਾਲੀ ਇੱਕ ਕੌਮਾਂਤਰੀ ਸਮਾਚਾਰ ਸੰਸਥਾ ਹੈ। ਡੰਡੀ ਇਹ ਸੰਸਥਾ ਦੁਨੀਆ ਭਰ ਦੇ ਲਗਭਗ 200 ਸਥਾਨਾਂ 'ਤੇ ਲਗਭਗ 2500 ਪੱਤਰਕਾਰਾਂ ਅਤੇ 600 ਫੋਟੋ ਪੱਤਰਕਾਰਾਂ ਨੂੰ ਨੌਕਰੀ ਪ੍ਰਦਾਨ ਕਰ ਰਹੀ ਹੈ। ਡੰਡੀ ਰਾਈਟਰਸ ਵਿਸ਼ਵ ਦੀਆਂ ਸਭ ਤੋਂ ਵੱਡੀਆਂ ਖਬਰ ਏਜੰਸੀਆਂ ਵਿੱਚੋਂ ਇੱਕ ਹੈ। ਡੰਡੀ ਸਟੋਪ।